देखो भाई संजय दाद किधर आए हो तू मेरे नाल बदतमीजी कर रहे है एकदा दी सुहाग रात च अपने कमरे च नहीं घूमदी उल्ला मुलाजम इधर मुकर लानंद शादी के लिए हाँ जी अच्छा 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 मैं शादी के लिए आई हूँ क्या नाम है जी आपका मेरा नाम है जी रोजी मेनू अज किसी सियाने ने कहा ही रोजी के मथे लग फसल काजा लगना नासर साहब बड़ा बदतमीज नौकर है जो जी अंडरटेकर की भैन अंडरटेकर रिश्ते आई उन्हें कहा ना करो काड़े वाली नहर वेखी ओ भी डूंगी है मैं चाहना कि सारी गल्ला तेरे नाल इत्थे कर लीतियां जा मैं
ਮੈਨੂੰ ਸਾਰਾ ਕੁਝ ਦੱਸ ਦਿੱਤਾ ਜਿਹੜੇ ਤਿੰਨ ਭੈਣਾਂ ਨੇ ਉਹਨਾਂ ਦੀ ਮੈਂ ਸ਼ਾਦੀ ਕੀਤੀ ਜਿਹੜੇ ਉਹਨਾਂ ਦੇ ਦੂਲੇ ਨੇ ਬਸ ਘਰ ਚ ਘਰ ਜਵਾਈ ਬਣ ਕੇ ਰਹਿ ਰਹੇ ਨੇ ਅਗਰ ਤੈਨੂੰ ਕੋਈ ਇਤਰਾਜ਼ ਨਾ ਹੋਵੇ ਤੇ ਮੈਨੂੰ ਵੀ ਸ਼ਾਦੀ ਤੋਂ ਕੋਈ ਇਤਰਾਜ਼ ਨਹੀਂ ਮੈਨੂੰ ਕੋਈ ਇਤਰਾਜ਼ ਨਹੀਂ ਹੋ ਸਕਦਾ ਮੈਂ ਸ਼ਾਦੀ ਕਰਨ ਲਈ ਤਿਆਰ ਹਾਂ ਇਹਦਾ ਮਤਲਬ ਉਹਨਾਂ ਨੂੰ ਆਪਣੀਆਂ ਨਨਾਨਾ ਨਹੀਂ ਬਲਕਿ ਧੀਆਂ ਸਮਝ ਕੇ ਰੱਖੇਗੀ ਬਿਲਕੁਲ ਤੇ ਮੈਂ ਜਾਊਂ ਜਾ ਕੇ ਤਿਆਰੀ ਕਰੋ ਮੈਂ ਸਿਰ ਤੇ ਸਿਰੇ ਬਣ ਕੇ ਸਵੇਰ ਹੀ ਆ ਰਿਹਾ ਜਲਦੀ ਆਣਾ ਚਲੋ ਜਲਦੀ ਆਣਾ ਮੋਟੀ ਨਾਲ ਨਹੀਂ ਮੇਰਾ ਨਾ ਮਸੂਰਾ ਓਏ ਚਲੋ ਕਾਰ ਤੇ ਆ ਕਾਰ ਚਾ ਕੇ ਫਸ ਕੇ ਰਹਿ ਗਈ ਐਨੀ ਟੈਨਸ਼ਨ ਐਨੀ ਟੈਨਸ਼ਨ ਤਿੰਨ ਪੈਣਾ ਤੇ ਤਿੰਨ ਬੰਦੇ ਇਹਨਾਂ ਦੇ ਆਇਸ਼ਾ ਨੂਰ ਨੀਤਾ ਜੀ ਭਾਬੀ छोटे होंगे बचपन च सानू मां दा प्यार नहीं मिलिया ते भाभी दे रूप च मां दा प्यार मिलेगा लेकिन तुहाडे रवैये तो लगता है कि तुसी मां दा प्यार तुसी की कर रहे हो ऐ गलत हो रहे हो मैं कह नीता तू ठीक कह रही है असि जो सोचा सी उंज होया नहीं सही कह रही है भाभी अपनी नसीहत अपने कोल रखो ते ए दो दिन दा टाइम है तेरे कोल बस बीबी जी मैं चुकला की मसला तेरे नाल दस कर दियो की मतलब ए नहीं इस घर च जा सकदियां क्योंकि इस घर दियां मालकां ने ते नहीं गल मैनूं बाहर कढ़न दी जिन चिकर इन्हां दा भरा नहीं आंदा तुहानू कोई इख्तियार नहीं कि तुसी उन्हां दियां भैणां नूं धक्के मार के बाहर कढ़ो तू नौकर हो के मेरी गल च दखल नहीं ले सकदा ए मेरा घर है ते मैं इस घर दी मालकां आ इन्हां सारिआं नूं दफा कर ते नाल तू भी दफा जा इस घर दे विचों मैनूं कोई कर जानी ये जानी निदा आयशा किथे गए सारे मैं क्या किथे हो सारे जानी आयशा जानू बौजी किनू आवाजा दे रहे हो जानी नजर नहीं आ रहा निदा नजर नहीं आ रही जानी इस घर च नहीं इस घर च कोई भी नहीं है वो किथे गए ने तानू पता है ਤਾਡੀਆਂ ਭੈਣਾਂ ਨੇ ਕੱਲ ਰਾਤ ਨੂੰ ਮੇਰੇ ਨਾਲ ਕੀ ਕੀਤਾ ਕੀ ਕੀਤਾ ਜਿਹੜੇ ਪੈਸੇ ਤੇ ਜ਼ੇਵਰ ਪੇ ਸੀ ਨਾ ਮੈਨੂੰ ਸੁੱਤੇ ਨੂੰ ਛੱਡ ਕੇ ਸਾਰਾ ਕੁਝ ਲੈ ਕੇ ਤੇ ਉਦੋੜ ਗਏ ਨੇ ਇਹ ਤੁਹਾਨੂੰ ਮੈਂ ਦੱਸਦਾ ਸੇਠ ਸਾਹਿਬ ਇਹ ਤੁਹਾਡੀ ਬੀਵੀ ਨਹੀਂ ਕਿਸੇ ਸਿਆਣੇ ਨੇ ਸੱਚ ਕਿਹਾ ਹੈ ਔਰਤ ਨਾਗਨ ਹੁੰਦੀ ਹੈ ਤੇ ਵਾਕਈ ਨਾਗਨ ਹੈ ਕੀ ਕਹਿ ਰਹੇ ਹੋ ਇਹਨਾਂ ਨੇ ਤੁਹਾਡੀਆਂ ਭੈਣਾਂ ਨੂੰ ਉਹ ਇੱਥੋਂ ਕੋਈ ਜ਼ੇਵਰ ਤੇ ਕੋਈ ਪੈਸਾ ਨਹੀਂ ਲੈ ਕੇ ਗਈਆਂ ਇਹਨੇ ਉਹਨਾਂ ਨੂੰ ਵਿਸਤ ਕਰਕੇ ਤੇ ਉਹਨਾਂ ਦੇ ਬੰਦਿਆਂ ਨੂੰ ਇਸ ਘਰੋਂ ਧੱਕੇ ਮਾਰ ਕੇ ਕੱਢਿਆ ਸੇਠ ਸਾਹਿਬ ਤੂੰ ਤੇ ਮੈਨੂੰ ਕਿਹਾ ਸੀ ਕਿ ਮੈਂ ਤੇਰੀਆਂ ਭੈਣਾਂ ਨੂੰ ਆਪਣੀਆਂ ਧੀਆਂ ਬਣਾ ਕੇ ਰੱਖਾਂਗੀ ਪਰ ਤੂੰ ਧੀਆਂ ਬਣਾ ਨਹੀਂ ਸਕੀ ਪਰ ਇੱਕ ਗੱਲ ਯਾਦ ਰੱਖੀ ਜਿਹੜੀਆਂ ਨੌਂ ਘਰ ਜਾ ਕੇ ਨਨਾਣਾਂ ਨੂੰ ਆਪਣੀਆਂ ਨਨਾਣਾਂ ਸਮਝਦੀਆਂ ਨੇ ਸੌ ਰੱਬ ਦੀ ਉਹ ਘਰ ਜਹੰਮ ਬਣ ਜਾਂਦੇ ਨੇ ਤੇ ਜਿਹੜੀਆਂ ਆਉਣ ਵਾਲੀਆਂ ਨੌਂ ਆਪਣੇ ਆਪ ਨੂੰ ਭਰਜਾਈ ਨਹੀਂ ਬਲਕਿ ਨਨਾਣਾਂ ਦੀ ਮਾਂ ਸਮਝਦੀਆਂ ਨੇ ਸਾਰ ਰੱਬ ਦੀ ਘਰ ਜੰਨਤ ਬਣ ਜਾਂਦੇ ਤੇ ਮੇਰੀਆਂ ਭੈਣਾਂ ਇਸ ਘਰ 'ਚ ਨਹੀਂ ਰਹਿ ਸਕਦੀਆਂ ਤੇ ਤੂੰ ਵੀ ਇਸ ਘਰ 'ਚ ਨਹੀਂ ਰਹਿ ਸਕਦੀ ਤੂੰ ਚਾਲ ਤੇ ਜਾ ਕੇ ਦਲੇਰ ਆ ਜਾਏਗੀ ਨਿਕਲ ਜਾ ਤੂੰ ਓਏ ਕੀ ਹੋ ਰਿਹਾ ਤੇ ਓਏ ਤੇਰੀ ਗਲਤੀ ਨੂੰ ਮੈਂ ਕੀ ਕਰਾਂ ਤੇਰੀ ਗਲਤੀ ਨਾਲ ਤੇਰੇ ਮਾਫੀ ਮੰਗਣਾ ਮੇਰੀਆਂ ਭੈਣਾਂ ਤੇ ਨਹੀਂ ਆ ਸਕਦੀਆਂ ਉਹ ਪਤਾ ਨਹੀਂ ਇਸ ਤਰ੍ਹਾਂ ਕਿੱਥੇ ਹੋਣ ਗਈਆਂ ਕਿੱਥੇ ਲੱਗੀਆਂ ਸੇਠ ਸਾਹਿਬ ਉਹ ਸਾਉਂਡ ਵਾਲੇ ਕੋ ਬੈਠੀਆਂ ਆਪਣਾ ਆਪਣਾ ਗਾਣਾ ਦੱਸਣ ਲਈ